ਤਕਰੀਬਨ 13 ਤੋਂ ਫਾਰਮ ਟਰੈਕ ਟਰੈਕਟਰ ਡੀਲਰਸ਼ਿਪ ਲਈ ਹੋਈ ਆ, ਇਸ ਉਹਦੇ ਨਾਲ ਜੁੜੇ ਹੋਏ ਹਾਂ ਕਾਫੀ ਦੇਰ ਤੋਂ ਅਸੀਂ। ਕਾਫੀ ਟਰੈਕਟਰਾਂ ਦੀ ਸਾਡੇ ਏਰੀਏ ਦੇ ਵਿੱਚ ਫਾਰਮ ਟਰੈਕ ਦੀ ਕਾਫੀ ਡਿਮਾਂਡ ਆ ਔਰ ਵਧੀਆ ਸੇਲ ਹੋ ਰਹੀ ਆ। ਜੋਨ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬ੍ਰਾਂਡ ਹੈ ਔਰ ਜਿਹਨੇ ਆ ਕੇ ਇੱਕ ਨਵੀਂ ਪੰਜਾਬ ਦੇ ਵਿੱਚ ਜਿਹੜੀ ਹੈਗੀ ਆ ਕ੍ਰੀਏਟਿਵਿਟੀ ਲਿਆਉਂਦੀ ਹੈ, ਕਿਉਂਕਿ ਜਿਹੜੇ ਵੀ ਮਸ਼ੀਨਾਂ ਪਹਿਲਾਂ ਬਣਾ ਰਹੇ ਸੀਗੇ, ਸੰਦ ਬਣਾ ਰਹੇ ਸੀਗੇ, ਇਸ ਐਗਰੀਜੋਨ ਵਾਲਿਆਂ ਨੇ ਉਹਦੇ 'ਚ ਨਵੀਆਂ ਨਵੀਆਂ ਅਮੈਂਡਮੈਂਟਸ ਕਰਕੇ ਕਿਸਾਨਾਂ ਦੇ ਖੇਤਾਂ 'ਚ ਜਾ ਕੇ ਦੇਖ ਕੇ ਕਿ ਹੋਰ ਕੀ ਇਹਦੇ 'ਚ ਆਪਾਂ ਸੋਧ ਕਰ ਸਕਦੇ ਹਾਂ, ਕੀ ਉਹਨਾਂ ਨੂੰ ਪ੍ਰੋਬਲਮਸ ਆਉਂਦੀਆਂ, ਉਹਨਾਂ ਨੂੰ ਦੇਖ ਕੇ ਹਰੇਕ ਸੰਦ ਦੇ ਵਿੱਚ ਨਵੀਂ ਨਵੀਂ ਇਹਨਾਂ ਦੀ ਜਿਹੜੀ ਹੈਗੀ ਆ ਕ੍ਰੀਏਸ਼ਨ ਹੈਗੀ ਆ। ਔਰ ਤੁਸੀਂ ਗੁਰਪ੍ਰੀਤ ਸਿੰਘ ਅਨਸਾਨ ਵਾਲੇ ਪੁਰਾਣੇ ਐਗਰੀਕਲਚਰ ਦੇ ਨਾਲ ਔਰ ਜਿਵੇਂ ਫਾਰਮ ਟਰੈਕ ਦੀ ਆਪਾਂ ਗੱਲ ਕਰ ਲਈਏ, ਬਹੁਤ ਲੰਬੇ ਸਮੇਂ ਤੋਂ ਤੁਸੀਂ ਇਹ ਸੇਵਾਵਾਂ ਕਰ ਰਹੇ ਹੋ ਜਗਰਾਵਾਂ ਦੇ ਵਿੱਚ ਵੀ, ਮੋਗਾ 'ਚ ਵੀ, ਕੀ ਕਹਿਣਾ ਚਾਹੋਗੇ? ਮੈਂ ਸਭ ਤੋਂ ਪਹਿਲਾਂ ਪੰਜਾਬ ਪਲੱਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਆਏ ਸਾਡੇ ਕੋਲ। ਅਤੇ ਅਸੀਂ ਮਤਲਬ ਐਗਰੀਜੋਨ ਨਾਲ ਜਦੋਂ ਤੋਂ ਇਹ ਕੰਪਨੀ ਐਗਰੀਜੋਨ ਦੀਆਂ ਇੰਪਲੀਮੈਂਟ ਬਣਾਉਣ ਲੱਗੀ ਆ ਉਦੋਂ ਤੋਂ ਹੀ ਜੁੜੇ ਹੋਏ ਹਾਂ ਇਹਨਾਂ ਦੇ ਨਾਲ। ਇਹ ਬਹੁਤ ਵਧੀਆ ਇੰਪਲੀਮੈਂਟ ਨਵੀਂ ਤਕਨੀਕ ਦੇ ਬਣਾ ਰਿਹਾ ਇੰਪਲੀਮੈਂਟ ਸਾਰੇ, ਔਰ ਜਿਹਦੇ ਵਿੱਚ ਹੁਣੀ ਹੁਣੀ ਇਹਨਾਂ ਨੇ ਨਵਾਂ ਲਾਂਚ ਰੂਟਾਵੀਟਰ 12 ਫੁੱਟ ਲਾਂਚ ਕੀਤਾ, ਜਿਹਨੂੰ ਕਿ ਘੱਟ ਐਚ ਪੀ ਵਾਲਾ ਟਰੈਕਟਰ ਵੀ ਖਿੱਚ ਲੈਂਦਾ। ਅਤੇ ਵੀਰ ਜੀ ਕੀ ਕਹਿਣਾ ਚਾਹੋਗੇ, ਕਿਉਂਕਿ ਐਸੀ ਕੰਪਨੀ ਜਿਹੜੀ ਸਮੇਂ ਨਾਲ ਚੇਂਜ ਹੁੰਦੀ ਆ ਔਰ ਤੁਹਾਡਾ ਪੁਰਾਣੀ ਮਾਰਕੀਟ ਬਣੀ ਵੀ ਸੀਗੀ, ਤਾਂ ਫਿਰ ਤਾਂ ਅਸੀਂ ਇਹਨੂੰ ਸੋਨੇ 'ਤੇ ਸੁਹਾਗੇ ਕਹਾਂਗੇ। ਹਾਂਜੀ ਬਿਲਕੁਲ ਬਿਲਕੁਲ, ਕਿਉਂਕਿ ਅਸੀਂ ਪਹਿਲਾਂ ਤਕਰੀਬਨ 13 ਤੋਂ ਫਾਰਮ ਟਰੈਕ ਟਰੈਕਟਰ ਡੀਲਰਸ਼ਿਪ ਲਈ ਹੋਈ ਆ, ਇਸ ਉਹਦੇ ਨਾਲ ਜੁੜੇ ਹੋਏ ਹਾਂ ਕਾਫੀ ਦੇਰ ਤੋਂ ਅਸੀਂ। ਕਾਫੀ ਟਰੈਕਟਰਾਂ ਦੀ ਸਾਡੇ ਏਰੀਏ ਦੇ ਵਿੱਚ ਫਾਰਮ ਟਰੈਕ ਦੀ ਕਾਫੀ ਡਿਮਾਂਡ ਆ ਔਰ ਵਧੀਆ ਸੇਲ ਹੋ ਰਹੀ ਆ ਅਤੇ ਵਧੀਆ ਚੱਲ ਰਿਹਾ ਜੀ। ਵੀਰ ਜੀ ਚੇਨ ਬਣੀ ਵੀ ਆ, ਤੁਸੀਂ ਕਦੇ ਐਡ ਵੀ ਨਹੀਂ ਕੀਤੀ ਮੇਰਾ ਖਿਆਲ, ਫਸਟ ਟਾਈਮ ਵੀ ਅੱਜ ਆਪਾਂ ਟੀ ਵੀ ਦੇ ਮੂਹਰੇ ਵੀ ਹੋਵਾਂਗੇ, ਕੀ ਕਹਿਣਾ ਚਾਹੋਗੇ ਕਿ ਚੇਨ ਬਣੀ ਵੀ ਆ ਜਿਹੜੀ ਚੀਜ਼ ਲੈ ਜਾਂਦਾ ਬੰਦਾ ਗਾਂ ਦੀ ਗਾਂ ਅੱਗੇ ਦੇ ਅੱਗੇ ਮਤਲਬ ਜਿਹੜੀ ਹੈਗੀਆਂ ਗੱਲਾਂ ਕਰਦੇ ਆ ਲੋਕ ਗਾਂ ਦੀ ਗਾਂ, ਬੜੀ ਦੂਰ ਦੂਰ ਤੱਕ ਇੰਪਲੀਮੈਂਟਸ ਆਪਣੇ ਜਾਂਦੇ ਆ। ਹਾਂਜੀ ਬਿਲਕੁਲ ਜੀ, ਆਪਣੇ ਇੰਪਲੀਮੈਂਟ ਔਰ ਟਰੈਕਟਰਾਂ ਦੀ ਵਧੀਆ ਸੇਲ ਹੋ ਰਹੀ ਆ। ਵੀਰ ਜੀ ਕੀ ਕਹਿਣਾ ਚਾਹੋਗੇ ਕਿ ਜਿਹੜੀ ਵੀ ਸਰਕਾਰ ਦੀ ਕੋਈ ਵੀ ਸਕੀਮ ਆਉਂਦੀ ਹੈਗੀ ਆ, ਕੋਈ ਵੀ ਸਬਸਿਡੀ ਆਉਂਦੀ ਹੈਗੀ ਆ, ਤਾਂ ਲੋਕਾਂ ਨੂੰ ਜਿਵੇਂ ਆਮ ਲੋਕਾਂ ਦੇ ਜਿਹੜੇ ਇੰਪਲੀਮੈਂਟਸ ਵਾਲੇ ਆ ਉਹਨਾਂ ਦੇ ਨਾਲ ਧੱਕੇ ਖਾਣੇ ਪੈਂਦੇ, ਦਿਮਾਗ 'ਤੇ ਬੋਝ ਪਾਉਣੇ ਪੈਂਦੇ ਆ, ਇਹ ਇੱਕ ਸੱਚਾ ਸੁੱਚਾ ਜਿਹੜਾ ਹੈਗੇ ਆ ਗੁਰਬਚਨ ਵਾਲੇ ਆ ਜਿਨ੍ਹਾਂ ਨੇ ਖੁਸ਼ੀ ਦਿੱਤੀ ਲੋਕਾਂ ਨੂੰ ਵੀ ਜਿਹੜੀ ਭਾਈ ਜਿਹੜੀ ਗੌਰਮੈਂਟ ਤੋਂ ਕੋਈ ਇੰਪਲੀਮੈਂਟੇਸ਼ਨ ਆਉਣੀ ਹੈਗੀ ਆ ਉਹ ਨਾਲ ਦੀ ਨਾਲ ਹੀ ਤੁਹਾਨੂੰ। ਹਾਂਜੀ ਬਿਲਕੁਲ ਜੀ, ਜੋ ਵੀ ਸਰਕਾਰ ਦੇ ਸਕੀਮਾਂ ਦਿੰਦੀ ਆ, ਜਿਵੇਂ ਪਹਿਲਾਂ ਇਹਨਾਂ ਨੇ ਸੁਪਰ ਸੀਡਰ 'ਤੇ ਸਬਸਿਡੀ ਦਿੱਤੀ ਆ, ਹੋਰ ਇੰਪਲੀਮੈਂਟਾਂ 'ਤੇ ਵੀ ਸਬਸਿਡੀ ਆਈ ਆ, ਉਹ ਤਕਰੀਬਨ ਗੌਰਮੈਂਟ ਨੇ ਅਸੀਂ ਸਾਰਿਆਂ ਨੂੰ ਪਾਸ ਕਰਵਾਈਆਂ, ਸਾਰਿਆਂ ਨੂੰ ਸਬਸਿਡੀਆਂ ਮਿਲੀਆਂ, ਅਤੇ ਹੋਰ ਵੀ ਅੱਗੇ ਤੋਂ ਜਿਹੜੀਆਂ ਸਕੀਮਾਂ ਆਉਣਗੀਆਂ ਉਹਨਾਂ ਦਾ ਵੀ ਜ਼ਿੰਮੇਦਾਰ ਨੂੰ ਫਾਇਦਾ ਦਵਾਵਾਂਗੇ ਇਹਨਾਂ 'ਤੇ। ਥੈਂਕ ਯੂ। ਇਹ ਸਾਡੇ ਨਵੇਂ ਟਰੈਕਟਰ ਲਾਂਚ ਕੀਤੇ ਆ, ਜਿਹੜਾ ਕਿ ਇਹ ਫਾਰਮ ਟਰੈਕ ਵਰਲਡ ਮੈਕਸ 60 ਟਰੈਕਟਰ ਆ। ਇਹ ਨਵੀਂ ਸੀਰੀਜ਼ ਆ ਔਰ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਹਰ ਐਚ ਪੀ ਦੇ ਵਿੱਚ ਮਤਲਬ ਇਹ ਟਰੈਕਟਰ ਆਪਾਂ ਨੂੰ ਮਿਲੂਗਾ ਔਰ ਇਹਦੀ ਜਿਹੜੀ ਡਿਜ਼ਾਇਨਿੰਗ ਆ ਇਹ ਪੋਰਸ਼ ਕੰਪਨੀ ਵੱਲੋਂ ਡਿਜ਼ਾਇਨ ਕੀਤੀ ਗਈ ਆ। ਇਹ ਟਰੈਕਟਰ 50 ਐਚ ਪੀ 'ਚ ਆ ਵਿਦਆਊਟ CRD ਆ ਜੀ, ਅਤੇ ਇਹਦਾ ਪਲੇਟਫਾਰਮ
ਫਲੈਟ ਕੀਤਾ ਔਰ ਇਹਦੇ ਵਿੱਚ ਸ਼ਟਲ ਗੇਅਰ ਲਾਇਆ ਅਤੇ ਨਵੇਂ ਫੀਚਰ ਕਾਫੀ ਇਹਦੇ 'ਚ ਐਡ ਕੀਤੇ ਹੋਏ ਆ। ਗਰਾਊਂਡ ਕਲੀਅਰੈਂਸ ਵੀ ਜ਼ਿਆਦਾ ਇਹਦੀ ਅਤੇ ਉਸ ਤੋਂ ਬਿਨਾਂ ਇਹਦੀ 25 ਕੁਇੰਟਲ ਦੀ ਲੈਫਟ ਕਪੈਸਿਟੀ ਆ। ਕਾਫੀ ਜ਼ਿਆਦਾ ਯਾਨੀ ਕਿ ਇਹਦੇ ਵਿੱਚ ਸੋਧ ਕਰਕੇ ਹੁਣ ਇਹਨੂੰ ਆਪਣੇ ਜ਼ਿਮੀਂਦਾਰਾਂ ਦੀ ਡਿਮਾਂਡ ਦੇ ਅਨੁਸਾਰ ਇਹਨਾਂ ਨੇ ਤਿਆਰ ਕੀਤਾ। 65 HP ਟਰੈਕਟਰ ਆ, 60-65 ਵਰਲਡ ਮੈਕਸ, ਜਿਹੜਾ ਕਿ ਮਤਲਬ 65 HP ਦੇ ਵਿੱਚ ਆ ਰਿਹਾ। ਇਹਦੇ ਵਿੱਚ ਵੀ ਕਾਫੀ ਫੀਚਰ ਨਵੇਂ ਦਿੱਤੇ ਗਏ ਆ ਔਰ ਇਹ ਇੱਕ ਨਾ ਇਹਦੇ ਵਿੱਚ ਪਾਵਰ ਵੱਧ ਘੱਟ ਕਰਨ ਲਈ ਜਿਹੋ ਜਿਹੀ ਆਪਾਂ ਨੂੰ ਇਹਦੀ ਪਾਵਰ ਚਾਹੀਦੀ ਆ ਉਸ ਹਿਸਾਬ ਨਾਲ ਹੀ ਆਪਾਂ ਇਹਦੀ ਪਾਵਰ ਵਧਾ ਘਟਾ ਸਕਦੇ ਹਾਂ ਤਾਂ ਕਿ ਇਹਦੇ ਨਾਲ ਘੱਟ ਲੋਡ 'ਤੇ ਵੀ ਆਪਾਂ ਇਹਨੂੰ ਤੇਲ ਘੱਟ ਤੇਲ ਖਰਚੇ 'ਤੇ ਚੱਲ ਰਿਹਾ। ਇਹ ਸਾਡਾ ਇਸੇ ਸਾਲ ਦੇ ਵਿੱਚ ਨਵਾਂ ਲਾਂਚ ਟਰੈਕਟਰ ਕੀਤਾ ਜਿਹੜਾ ਕਿ 45 T20 ਦੇ ਵਿੱਚ ਪਹਿਲੀ ਵਾਰ ਆਇਆ ਔਰ ਇਹ ਟਰੈਕਟਰ 52 ਦੀ ਕੈਟਾਗਰੀ ਦੇ ਵਿੱਚ ਆ, 52 HP ਦੀ ਕੈਟਾਗਰੀ ਦੇ ਵਿੱਚ ਆ। ਇਹ ਮੁੱਲ 7/50/16 ਦੇ ਟਾਇਰ ਆ, ਮਗਰਲੇ 14/14/28 ਦੇ ਟਾਇਰ ਆ ਅਤੇ T20 ਦੇ ਵਿੱਚ ਆਈ ਇਹ। ਇਹ ਬਹੁਤ ਵਧੀਆ ਯਾਨੀ ਕਿ ਇਹਨਾਂ ਨੇ ਮਾਰਕੀਟ ਦੇ ਵਿੱਚ ਟਰੈਕਟਰ ਦਿੱਤਾ। 45 ਤਾਂ ਪਹਿਲਾਂ ਹੀ ਬਹੁਤ ਵਧੀਆ ਟਰੈਕਟਰ ਸੀ, ਇਸ ਨੂੰ ਹੋਰ ਵੀ ਵਧੀਆ ਬਣਾ ਦਿੱਤਾ ਗਿਆ। ਇਹ ਸਾਡਾ ਐਗਰੀਜ਼ੋਨ ਦਾ ਸਟੋਰ ਉੱਪਰ ਆ ਜਿਹੜਾ ਕਿ 57 ਇੰਚ ਇਹਦੇ ਵਿੱਚ ਆ ਅਤੇ ਬਹੁਤ ਵਧੀਆ ਇਹਦੀ ਪਰਫੋਰਮੈਂਸ ਆ ਰਹੀ ਆ, ਬਹੁਤ ਵਧੀਆ ਇਹ ਚੱਲ ਰਿਹਾ। ਹੈਵੀ ਡਿਊਟੀ ਬੈਰਿੰਗ ਅਤੇ ਵੱਡੇ ਟਾਇਰ ਲਾਇਆ ਇਹਨੂੰ। ਇਹ ਹੈਗਾ ਐਗਰੀਜ਼ੋਨ ਦਾ ਨਮੈਟਿਕ ਪਲਾਂਟਰ ਜਿਹੜਾ ਕਿ ਹਰ ਬੀਜ ਨੂੰ ਹਰ ਸੀਡ ਨੂੰ ਪੂਰੀ ਇੱਕੋ ਰਿਸੀ 'ਤੇ ਬੀਜ ਵਾਉਂਦਾ ਅਤੇ ਬਹੁਤ ਵਧੀਆ ਇਹਦੀ ਪਰਫੋਰਮੈਂਸ ਆ। ਇਹ ਸਾਡਾ ਲੇਜਰ ਲੈਂਡ ਲੈਵਲਰ ਆ ਐਗਰੀਜ਼ੋਨ ਦਾ, ਜਿਹੜਾ ਕਿ 9 ਫੁੱਟ ਤੋਂ ਲੈ ਕੇ 12 ਫੁੱਟ ਤਾਈਂ ਕਵਰ ਕਰਦਾ ਅਤੇ ਬਹੁਤ ਵਧੀਆ ਕੰਮ ਕਰਦਾ ਹੈ ਔਰ ਕਾਫੀ ਜਲਦੀ ਇਹਦਾ ਕੰਮ ਨਿਬੜ ਜਾਂਦਾ ਹੈ ਇਹਨਾਂ ਮਤਲਬ। ਇਹ ਐਗਰੀਜ਼ੋਨ ਦਾ ਪੋਟੈਟੋ ਡਿੱਗਰ ਆ ਜਿਹੜਾ ਕਿ 30 ਇੰਚੀ ਅਤੇ 26 ਇੰਚੀ ਦੋਨੇ ਵੱਟਾਂ ਨੂੰ ਆਲੂ ਦੀ ਵੱਟਾਂ ਦੀ ਪਟਾਈ ਕਰਦਾ ਜੀ।